ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਲੋਕ ਸਭਾ ਚੋਣਾਂ 'ਚ ਪੰਜਾਬ ਦੀਆਂ 3 ਸੀਟਾਂ 'ਤੇ ਭਾਜਪਾ ਨੂੰ ਸਮਰਥਨ ਨਾ ਦੇਣ ਦਾ ਐਲਾਨ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ 10 ਸੀਟਾਂ 'ਤੇ ਚੋਣ ਲੜ ਰਹੇ ਅਕਾਲੀ ਦਲ ਨੂੰ ਸ਼੍ਰੀ ਖੰਡੂਰ ਸਾਹਿਬ ਨੂੰ ਛੱਡ ਕੇ ਹੋਰ ਸੀਟਾਂ 'ਤੇ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਜਦਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਸ਼੍ਰੀ ਖੰਡੂਰ ਸਾਹਿਬ ਤੋਂ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਬੀਬੀ ਖਾਲੜਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ, ਪਰ ਪਾਰਟੀ ਨੇ ਭਾਜਪਾ ਦੇ ਗਠਬੰਧਨ ਦੀਆਂ 3 ਸੀਟਾਂ 'ਤੇ ਸਮਰਥਨ ਨਾ ਦੇਣ ਦਾ ਐਲਾਨ ਕੀਤਾ। ਜਿਹੜੀਆਂ ਇਹ ਚੋਣਾਂ ਪੰਜਾਬ 'ਚ ਜਾਂ ਇੰਡੀਆ 'ਚ ਆ ਰਹੀਆਂ ਨੇ, ਪੰਜਾਬ 'ਚ ਅਸੀਂ ਫੈਸਲਾ ਲੈ ਸਕਦੇ ਸੀ, ਕਿਉਂਕਿ ਇੰਡੀਆ ਲੈਵਲ 'ਚ ਅਸੀਂ ਫੈਸਲਾ ਕਰ ਲਿਆ ਵੀ ਸਾਰੇ ਸੂਬੇ ਆਪਣੀ ਮਰਜ਼ੀ ਕਰਨਗੇ। ਇੱਥੇ ਅਸੀਂ ਫੈਸਲਾ ਕੀਤਾ ਬਈ 9 ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮਦਦ ਕੀਤੀ ਜਾਊਗੀ, ਇੱਕ ਸੀਟ ਆ ਬੀਬੀ ਪਰਮਜੀਤ ਖਾਲੜਾ ਵਾਲੀ ਖੰਡੂਰ ਸਾਹਿਬ ਦੀ, ਅਤੇ ਬਾਕੀ ਜਿਹੜੀਆਂ 3 ਸੀਟਾਂ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਉਹ ਅਸੀਂ ਲੋਕਾਂ 'ਤੇ ਛੱਡਤੀਆਂ। ਉੱਥੇ ਭਾਰਤੀ ਕਿਸਾਨ ਯੂਨੀਅਨ ਇਹਨਾਂ 'ਤੇ ਭਾਜਪਾ ਦੀ ਮਦਦ ਨਹੀਂ ਕਰੂ, ਲੋਕ ਜਿਵੇਂ ਮਰਜ਼ੀ ਕਰਨ, ਅਸੀਂ ਮਦਦ ਨਹੀਂ ਕਰਦੇ। ਅਤੇ ਜਿਹੜੀਆਂ 9 ਸੀਟਾਂ ਬਾਕੀ ਪੰਜਾਬ ਦੀਆਂ ਬੱਚੀਆਂ ਨੇ, ਜਿੱਥੇ ਸ਼੍ਰੋਮਣੀ ਅਕਾਲੀ ਦਲ ਅਤੇ ਬਾਕੀ ਪਾਰਟੀਆਂ ਵੀ ਲੜ ਰਹੀਆਂ ਨੇ, ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਅਸੀਂ ਪੂਰਨ ਮਦਦ ਕਰਾਂਗੇ। ਭਾਜਪਾ ਨੇ ਸਾਡੇ ਨਾਲ ਪਿਛਲੇ ਦਿਨੀ ਬੜੇ ਵੱਡੇ ਵਾਅਦੇ ਕੀਤੇ ਸੀ, ਸਾਨੂੰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਉਹਨਾਂ ਨੇ ਲਾਰੇ ਲੈ ਕੇ ਸਾਡੇ ਤੋਂ ਸਰਕਾਰ ਬਣਾਈ ਸੀ, ਉਹ ਮੁੱਕਰ ਗਏ 5 ਸਾਲਾਂ ਦੇ ਵਿੱਚ। ਸਾਡਾ ਕੋਈ ਉਹਨਾਂ ਨੇ ਵਾਅਦਾ ਨਹੀਂ ਪੂਰਾ ਕੀਤਾ, ਕੋਈ ਸਾਡੀ ਫਸਲ ਬੀਮਾ ਯੋਜਨਾ ਵੀ ਉਹਨਾਂ ਨੇ ਕਿਹਾ ਸੀ ਉਹ ਵੀ ਕੋਈ ਲਾਗੂ ਨਹੀਂ ਹੋਈ। ਜਿਹੜੇ ਸਾਡੇ MSP ਮਿਨੀਮਮ ਸਪੋਰਟ ਪ੍ਰਾਈਸ ਉਹ ਵੀ ਸਾਡਾ ਉਹਨਾਂ ਨੇ ਨਹੀਂ ਕਿਸ ਫਸਲਾਂ 'ਤੇ ਦਿੱਤਾ, ਜਿਹੜੀਆਂ ਫਸਲਾਂ 'ਤੇ ਹੈਗਾ ਵੀ ਆ ਉਹ ਫਸਲਾਂ ਸਾਡੇ ਤੋਂ ਖਰੀਦੀਆਂ ਨਹੀਂ ਗਈਆਂ। ਸਗੋਂ ਅਸੀਂ ਆਪਦੇ ਹੱਕ ਮੰਗਣ ਜਾਂਦੇ ਸੀ ਦਿੱਲੀ, ਸਾਨੂੰ ਰਸਤੇ ਵਿੱਚ ਰੋਕ ਕੇ ਕੁੱਟਿਆ ਗਿਆ, ਸਾਡੇ 'ਤੇ ਪਾਣੀ ਮਾਰਿਆ ਗਿਆ। ਉਸ ਤੋਂ ਬਾਅਦ ਮੀਟਿੰਗ ਦੇ ਵਿੱਚ ਜਿਹੜੀਆਂ ਸਾਡੀਆਂ 7 ਮੰਗਾਂ ਮੰਨੀਆਂ ਗਈਆਂ ਉਹ ਵੀ ਸਾਡੀਆਂ ਉਹਨਾਂ ਨੇ ਲਾਗੂ ਨਹੀਂ ਕੀਤੀਆਂ। ਉਹਦੇ ਤੋਂ ਅੱਕ ਕੇ ਅਸੀਂ ਦੁਖੀ ਹੋ ਗਏ, ਇਹ ਐਲਾਨ ਕੀਤਾ ਅਤੇ ਫੈਸਲਾ ਕੀਤਾ ਸਰਬਸੰਮਤੀ ਨਾਲ ਵੀ ਭਾਜਪਾ ਦੀਆਂ ਜਿਹੜੀਆਂ 3 ਸੀਟਾਂ ਨੇ ਉਹ ਅਸੀਂ ਖੁੱਲ੍ਹੀਆਂ ਛੱਡਤੀਆਂ, ਉੱਥੇ ਅਸੀਂ ਉਹਨਾਂ ਦੀ ਮਦਦ ਨਹੀਂ ਕਰਾਂਗੇ। ਬਿਊਰੋ ਰਿਪੋਰਟ, ਲੁਧਿਆਣਾ ਵਿਊ।